ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜਾਓ ਸਾਵਧਾਨ ਪੰਜਾਬ ਚ ਇੱਥੇ ਕੱਲ 4:00 ਵਜੇ ਤੱਕ ਲਿ ਲਗਾਇਆ ਗਿਆ ਕਰਫਿਊ ਤੇ ਨਾਲ ਹੀ ਇੰਟਰਨੈਟ ਸੇਵਾਵਾਂ ਰਹਿਣਗੀ ਬੰਦ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਦ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਪ੍ਰਾਪਤ ਜਾਣਕਾਰੀਆਂ ਸਰਪੱਟੇ ਆਲਾ ਵਿੱਦ ਸਥਿਤੀ ਉਸ ਸਮੇਂ ਕਾਫੀ ਗੰਭੀਰ ਬਣ ਗਈ ਜਦੋਂ ਸ਼ਿਵ ਸੇਨਾ ਦੇ ਵਰਕਰਾਂ ਵੱਲੋਂ 29 ਮਾਰਚ ਨੂੰ ਖਾਲਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਲਾਂਗ ਕੀਤਾ ਗਿਆ ਸੀ। ਜਿਸ ਤਹਿਤ ਅਜ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਤਾਂ ਸਿੱਖ ਜਥੇਬੰਦਿਆਂ ਵੱਲੋਂ ਵੀ ਸ਼ਿਵ ਸੇਨਾ ਦੇ ਵਰਕਰਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਤਿਆਰੀ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਜੀ ਕਰਤਾਰੋ ਕੇ ਕੀਤੀ ਗਈ ਸੀ। ਜਿੱਥੇ ਸਿੱਖ ਜਥ ਸੰਧਿਆ ਵੱਲੋਂ ਵੀ ਸ਼ਿਵ ਸੇਨਾ ਦੇ ਵਰਕਰਾਂ ਦੇ ਖਿਲਾਫ ਵਿਰੋਧ ਕੀਤਾ ਗਿਆ ਉੱਥੇ ਸਥਿਤੀ ਗੰਭੀਰ ਬਣ ਗਈ ਅਤੇ ਪੁਲਿਸ ਨੂੰ ਵੀ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਭਾਰੀ ਗਿਣਤੀ ਵਿੱਚ ਤਾਇਨਾਤ ਕੀਤਾ ਗਿਆ ਸੀ ਜਿੱਥੇ ਹੋਣਾ ਸਥਿਤੀ ਨੂੰ ਦੇਖਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੇ ਕਰਫਿਊ ਲਗਾਉਂਦੇ ਆਦੇਸ਼ ਜਾਰੀ ਕੀਤੇ ਜਿੱਥੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਕਰਫਿਊ ਲਗਾਇਆ ਗਿਆ ਉਹ ਦੀ ਪਟਿਆਲਾ ਅੰਦਰ ਇਹ ਕਰਫਿਊ ਅੱਜ ਸ਼ਾਮ 7 ਵਜੇ ਤੋਂ ਸ਼ੁਰੂ ਕੀਤਾ ਜਾ ਰਿਹਾ ਜੋ ਕਿ ਕੱਲ ਸਵੇਰੇ 6 ਵਜੇ ਤੱਕ ਜਾਰੀ ਰਹੇਗਾ ਅਗਰ ਇਸ ਕਰਫਿਊ ਦੇ ਦੌਰਾਨ ਕੋਈ ਵੀ ਆਦੇਸ਼ਾਂ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਪਟਿਆਲਾ ਵਿੱਚ ਅਮਨ ਤੇ ਸ਼ਾਂਤੀ ਦੀ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਕਰਫਿਊ ਲਗਾਇਆ ਗਿਆ ਇਹ ਫੈਸਲਾ ਅੱਜ ਪਟਿਆਲਾ ਵਿੱਚ ਤਣਾਪੁਨ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ ਜਿੱਥੇ ਅੱਜ ਪੁਲਿਸ ਵੱਲੋਂ ਹਵਾਈ ਫੈਰ ਵੀ ਕੀਤੇ ਗਏ ਨੇ ਖਬਰ ਲਾਸਤੇ